ਆਓ ਸੁਣੀਏ ਬਰਿਆਮ ਸਿੰਘ ਸੰਧੂ ਦੀ ਕਹਾਣੀ ਅੰਗ ਸੰਗ ਅੱਜ ਭੋਗ ਪੈ ਗਿਆ ਸੀ ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ ਸਨ ਇਸ ਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ ਪਰ ਜਿਸ ਤੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵੱਖ-ਵੱਖ ਰੂਪ ਵਿੱਚ ਅਸਰ ਅੰਦਾਜ਼ ਹੋਣਾ ਸੀ ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ மஞ்சੀਆਂ ਤੇ ਲੇਟਿਆ ਹੋਇਆ ਸੀ ਇੱਕ ਚੁੱਪ ਹਨੇਰੇ ਵਾਤਾਵਰਣ ਵਿੱਚ ਤਣੀ ਹੋਈ ਸੀ ਉਹ ਜੋ ਜਾ ਚੁੱਕਾ ਸੀ ਅਜੇ ਵੀ ਮੁਸਕਰਾਉਂਦਾ ਹੱਸਦਾ ਗੁੱਸੇ ਹੁੰਦਾ ਰੋਂਦਾ ਮੱਝਾਂ ਚੁੰਦਾ ਪੱਠੇ ਕੁੱਤਰਦਾ ਡੰਗਰ ਖੋਲਦਾ ਬੰਦਾ ਉਹਨਾਂ ਨੂੰ ਪਾਣੀ ਪਿਲਾਉਂਦਾ ਹਲਵਾਉਂਦਾ ਜੀਆਂ ਨੂੰ ਵਰਚਾਉਂਦਾ ਮਾਰਦਾ ਕੁੱਟਦਾ ਵੱਖ-ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫਿਲਮ ਵਾਂਗ ਚਿਹਰੇ ਬਦਲ ਰਿਹਾ ਸੀ ਉਹ ਚੁੱਪ ਬੁੱਲਾ ਨਾਲ ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆਨੀ ਉਹਨਾਂ ਦੇ ਅੰਗ ਸੰਗ ਸੀ ਇਸੇ ਘਰ ਵਿੱਚ ਸੀ ਉਹਨਾਂ ਦੇ ਕੋਲ ਹੀ ਪਰੇ ਡੰਗਰਾ ਅੱਗੇ ਸੁੱਤਾ ਹੋਇਆ ਸੀ ਸ਼ਰਾਬ ਵਿੱਚ ਗੁੱਟ ਅਮਰੀਕ ਜੋ ਪਿੰਡੋਂ ਦੂਰ ਕਿਦਰੇ ਤੀਜੇ ਦਰਜੇ ਦਾ ਸਰਕਾਰੀ ਮੁਲਾਜ਼ਮ ਸੀ ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇਂ ਵਾਂਗ ਉਸਦੇ ਨਾਲ ਤੁਰੇ ਸਨ ਇਨ੍ਹਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ ਜਿਵੇਂ ਕੂਲੇ ਵੜ ਕੇ ਨੂੰ ਹਲੀ ਜੋ ਦਿੱਤਾ ਹੋਵੇ ਜਿਵੇਂ ਬਹੁਤ ਵੱਡਾ ਪਹਾੜੀ ਪਾਰ ਉਸ ਦੇ ਸਿਰ ਉੱਤੇ ਆ ਪਿਆ ਹੋਵੇ ਉਸ ਨੂੰ ਤਾਂ ਅਜੇ ਇਸ ਦਾ ਚਿਤ ਚੇਤਾ ਵੀ ਨਹੀਂ ਸੀ ਉਸ ਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਅਤੇ ਉਸ ਤੋਂ ਹੀ ਪਤਾ ਲੱਗਾ ਸੀ ਕਿ ਕਰਤਾਰ ਸਿੰਘ ਨੇ ਖਬਰੇ ਰਾਤੀ ਬਹੁਤਾ ਨਸ਼ਾ ਪੀ ਲਿਆ ਸੀ ਜਾਂ ਖਬਰੇ ਵਾ ਵਜ ਗਈ ਸੀ ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾ ਅੱਗੇ ਸੁੱਤੇ ਅਮਰੀਕ ਦੀ ਮਾਂ ਜਾਗੀਰ ਕੌਰ ਜਗਾਉਣ ਗਈ ਤਾਂ ਉਹ ਬੇਹੋਸ਼ ਪਿਆ ਸੀ ਸਾਹ ਘੜੜ ਘੜੜ ਕਰਕੇ ਆ ਰਿਹਾ ਸੀ ਉਸੇ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਅਤੇ ਉਸ ਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਹਨੂੰ ਸ਼ਹਿਰ ਹਸਪਤਾਲ ਲੈ ਆਂਦਾ ਸੀ ਅਤੇ ਦੂਜੇ ਦਿਨ ਮਹਿੰਦਰ ਅਮਰੀਕ ਦੀ ਮਾਂ ਅਤੇ ਅਮਰੀ ਤਿੰਨੇ ਕਰਤਾਰ ਸਿੰਘ ਦੀ লাশ ਸ਼ਾਮ ਦੇ ਕੁਸਮੂਸੇ ਵਿੱਚ ਪਿੰਡ ਲੈ ਆਏ ਸਨ ਵੱਡੀ ਕੁੜੀ ਬੰਸੋ ਨੇ ਜੋ ਪਿਓ ਦੀ ਬਿਮਾਰੀ ਸੁਣ ਕੇ ਹੀ ਸਹਰਿਓ ਆਈ ਹੋਈ ਸੀ ਪਿਤਾ ਦੀ ਲਾਸ਼ ਆਈ ਸੁਣ ਕੇ ਗਲੀਆਂ ਸਿਰ ਤੇ ਚੁਕ ਲਈਆਂ ਉਹ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ ਤੇ ਆ ਡਿੱਗੀ ਵੇ ਮੇਰੇ ਆ ਰਾਜਾ ਬਾਬਲਾ ਸਾਨੂੰ ਵਿਲਕਦੇ ਆ ਯਤੀਮਾਂ ਨੂੰ ਛੱਡ ਕੇ ਕਿੱਧਰ ਤੁਰ ਗਏ ਹੋਵੇ ਤੇਰੇ ਬਿਨਾ ਉੱਜੜ ਗਏ ਆ ਅਸੀਂ ਵਸਦੇ ਨਗਰ 'ਚ ਸਾਰਾ ਪਰਿਵਾਰ ਤਾਹਾਂ ਮਾਰ ਰਿਹਾ ਸੀ ਲੋਕ ਜੁੜ ਗਏ ਸਨ ਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ ਸਵੇਰ ਨੂੰ ਦੂਜੀ ਕੁੜੀ ਵੀ ਸਹਰਿਓਂ ਆ ਗਈ ਸੀ ਹੋਰ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਘਰ ਦਾ ਸਾਈਂ ਤੁਰ ਗਿਆ ਸੀ ਤੇ ਪਿੱਛੇ ਰਹਿ ਗਈਆਂ ਸਨ ਅਫਸੋਸ ਲਈ ਆਏ ਲੋਕਾਂ ਦੀਆਂ ਦਿਲ ਬਰੀਆਂ ਅਮਰੀਕ ਸਿਆਂ ਫਿਕਰ ਨਾ ਕਰ ਜੋ ਆਇਆ ਸੋ ਚੱਲ ਸੀ ਮਹਾਰਾਜ ਚ ਲਿਖਿਆ ਹੈ ਜਗ ਚਲਣੀ ਸਰਾ ਹੈ ਵੱਡੇ ਵੱਡੇ ਲੱਦਗੇ ਰੋਂਨ ਵਰਗੇ ਜਿਨ੍ਹਾਂ ਕਾਲ ਨੂੰ ਪਾਵੇ ਨਾਲ ਬੱਧਾ ਸੀ ਪਰ ਬੰਦਾ ਉਮਰ ਨਾਲ ਜਾਵੇ ਹਿਰਖ ਨਹੀਂ ਹੁੰਦਾ ਉਹਨੂੰ ਲੈ ਬੈਠੇ ਉਹਦੇ ਵੇਲ ਨਹੀਂ ਤਾਂ ਸਾਡੇ ਤਾਂ ਉਹ ਹੱਥਾਂ 'ਚ ਜੰਮਿਆ ਸੀ ਮਰੀਆਂ ਨਾਲ ਮਰੀਆ ਨਹੀਂ ਜਾਂਦਾ ਹੀਰਿਆ ਹੁਣ ਤਾਂ ਸ਼ੇਰਾ ਟੱਬਰ ਦਾ ਪਾਰ ਤੇਰੇ ਸਿਰ ਤੇ ਐ ਮਰਦ ਬਣ ਤੇ ਜ਼ਿੰਮੇਵਾਰੀ ਸੰਭਾਲ ਲਈ ਇਸ ਜ਼ਿੰਮੇਵਾਰੀ ਅਤੇ ਫਰਜ਼ ਦੇ ਅਹਿਸਾਸ ਨੇ ਉਸਨੂੰ ਇੱਕ ਤਰ੍ਹਾਂ ਵੜ ਪਾ ਲਿਆ ਸੀ ਨਾਗ ਵਾਂਗੂ ਇਸ ਨਾਗ ਦਾ ਪਹਿਲਾ ਡੰਗ ਉਹਨੂੰ ਉਦੋਂ ਵੱਜਾ ਸੀ ਜਦੋਂ ਸੋਸਾਇਟੀ ਦਾ ਅਫਸਰ ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਪਿਛੋਂ ਆਪਣੇ ਅਮਲੇ ਸਮੇਤ ਜੀਪ ਤੇ ਆਇਆ ਸੀ ਤੇ ਉਸਦੇ ਪਿਓ ਦੀ ਮੌਤ ਦਾ ਅਫਸੋਸ ਕਰਨ ਪਿਛੋਂ ਰਜਿਸਟਰ ਭੋਲ ਕੇ 1600 ਰੁਪਏ ਖਾਦ ਦੇ ਕਰਜ਼ੇ ਵਜੋਂ ਉਹਦੇ ਪਿਓ ਦੇ ਨਾਮ ਤੇ ਦਸਦਿਆਂ ਕਿਹਾ ਸੀ ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿਛੋਂ ਕਾਨੂੰਨ ਅਨੁਸਾਰ ਤੁਹਾਨੂੰ ਯਕਮੁਸ਼ਤ ਜਮ੍ਹਾਂ ਕਰਵਾਉਣੇ ਪੈਣੇ ਹਨ ਅਮਰੀਕ ਨੂੰ ਅੱਗੋਂ ਕੁਝ ਔੜ ਨਹੀਂ ਸੀ ਰਿਆ ਕੁਝ ਮੌਲਤ ਜਾ ਰਿਆਇਤ ਮੰਗਣ ਤੇ ਇਨਸਪੈਕਟਰ ਨੇ ਕਿਹਾ ਸੀ ਕਿ ਉਹ ਦੋ ਕਿਸ਼ਤਾਂ ਵਿੱਚ ਪੈਸੇ ਚੁਕਤਾ ਕਰ ਦੇਗੇ ਪਹਿਲੀ ਕਿਸ਼ਤ ਲਈ ਉਹਨੇ 15 ਦਿਨਾਂ ਦੀ ਮੌਲਤ ਦਿੱਤੀ ਸੀ ਇਹ ਰਿਆਇਤ ਵੀ ਉਹ ਮੁਲਾਜ਼ਮ ਭਰਾ ਹੋਣ ਦੇ ਨਾਤੇ ਕਰ ਗਿਆ ਸੀ ਛੋਟਾ ਮਹਿੰਦਰ ਕੋਈ ਬਹੁਤਾ ਸਾਉ ਨਹੀਂ ਸੀ ਨਿਕਲਿਆ ਉਸ ਦਾ ਵਾਹੀ ਵੱਲ ਕੋਈ ਬਹੁਤਾ ਧਿਆਨ ਨਹੀਂ ਸੀ ਡੰਗਰ ਤੁੱਪੇ ਸੜਦੇ ਰਹਿੰਦੇ ਸਨ ਤੇ ਉਹ ਹਜ਼ਾਰੀ ਟੁੰਡੇ ਦੇ ਕੋਠੇ ਤੇ ਉੱਡਦੇ ਕਬੂਤਰਾਂ ਨੂੰ ਅਸਮਾਨ ਤੇ ਨਜ਼ਰਾਂ ਗੱਡੀ ਵੇਖਦਾ ਰਹਿੰਦਾ ਸੀ ਪਿਓ ਨੂੰ ਵੀ ਅੱਗੋਂ ਸਿੱਧਾ ਹੁੰਦਾ ਸੀ ਉਸ ਤੇ ਮੋੜ ਦੇ ਨਾਲ ਮੋੜਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਬਹੁਤੀ ਯਾਸ ਨਹੀਂ ਸੀ ਉਸ ਤੋਂ ਛੋਟੀ ਕੁੜੀ ਅਜੇ 7ਵੀਂ ਵਿੱਚ ਪੜਦੀ ਸੀ ਅਮਰੀਕ ਨੇ ਸੋਚਿਆ ਸ਼ੁਕਰ ਰੱਬ ਦਾ ਕਰਤਾਰ ਸਿੰਘ ਦੋ ਵੱਡੀਆਂ ਕੁੜੀਆਂ ਹੱਥੀ ਵਿਆਹ ਗਿਆ ਸੀ ਨਹੀਂ ਤਾਂ ਤੇ ਉਸ ਲੰਮਾ ਹੋਕਾ ਭਰਿਆ ਚੰਗਾ ਸੀ ਜਾਂ ਮਾੜਾ ਭਾਵੇਂ ਸ਼ਰਾਬ ਪੀਂਦਾ ਸੀ ਤੇ ਭਾਵੇਂ ਅਫੀਮ ਖਾਂਦਾ ਸੀ ਅਮਰੀਕ ਨੂੰ ਤਾਂ ਪਿਓ ਦੇ ਜਿਉਂਦਿਆਂ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖਾਹ ਆਪਣੇ ਵਰਤਣ ਲਈ ਰੱਖ ਕੇ ਅੱਧੀ ਤਨਖਾਹ ਆਪਣੀ ਮਾਂ ਦੇ ਹੱਥ ਤੇ ਲਿਆ ਰੱਖਦਾ ਸੀ ਤਨਖਾਹ ਨਾਲ ਅਤੇ ਮਾੜੀ ਚੰਗੀ ਵਾਹੀ ਨਾਲ ਉਹ ਘਰ ਦਾ ਸਾਰਾ ਖਰਚ ਤੋਰੀ ਫਿਰਦੇ ਸਨ ਅਮਰੀਕ ਨੇ ਕਦੀ ਡੂੰਗਾਈ ਵਿੱਚ ਜਾਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ ਕਿ ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ ਦਰਅਸਲ ਉਹਨੂੰ ਪਿਓ ਦੇ ਸ਼ਰਾਬ ਪੀਣ ਅਤੇ ਹਫੀਮ ਖਾਣ ਨਾਲ ਇੱਕ ਤਰ੍ਹਾਂ ਦੀ ਛਿੜ ਜਹੀ ਸੀ ਜੋ ਮਰਜ਼ੀ ਕਰੋ ਮੇਰੀ ਵੱਲੋਂ ਉਹਦਾ ਕੁਝ ਇੰਜ ਦਾ ਰਵਈਆ ਰਿਹਾ ਸੀ ਉਹ ਅੰਦਰੋਂ ਅੰਦਰੀ ਪਿਓ ਤੋਂ ਦੂਰ ਨਾ ਹੁੰਦਾ ਖਬਰੇ ਉਹਨੂੰ ਪਿਆਰ ਕਰਦਾ ਸਮਝਾਉਂਦਾ ਤਾਂ ਸ਼ਾਇਦ ਉਹ ਇਸ ਹੱਦ ਤੱਕ ਨਾ ਵੱਧਦਾ ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ ਵਿੱਚ ਰੁੜ ਗਿਆ ਸੀ ਉਹਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲੱਗਾ ਉਹਦੀਆਂ ਅੱਖਾਂ ਵਿੱਚ ਪਾਣੀ ਧਹਿਰਾਇਆ ਉਸਨੇ ਅੱਖਾਂ ਕੁੱਟ ਕੇ ਮੀਚ ਲਈ ਫਿਰ ਖੋਲੀਆਂ ਅੱਖਾਂ ਵਿੱਚ ਲੈ ਪਾਣੀ ਕਰਕੇ ਅਸਮਾਨ ਦੇ ਤਾਰੇ ਧੁੰਦਲੇ ਹੋ ਗਏ ਸਨ ਕਈ ਸਾਲਾਂ ਤੋਂ ਉਹ ਪਿਓ ਨਾਲ ਕੁੱਟਿਆ-ਕੁੱਟਿਆ ਰਿਹਾ ਸੀ ਉਹਨਾਂ ਇੱਕ ਦੂਜੇ ਨਾਲ ਕਦੀ ਘਟ ਵੱਧ ਹੀ ਦਿਲ ਦੀ ਗੱਲ ਕੀਤੀ ਸੀ ਉਸ ਨੂੰ ਕਈ ਅਜਿਹੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ ਪਿਆਰ ਕਰਦੇ ਗੱਲਾਂ ਕਰਦੇ ਸਨ ਉਹ ਵੀ ਤਾਂ ਇੰਜ ਕਰ ਸਕਦਾ ਸੀ ਪਰ ਉਹ ਕੁਝ ਵੀ ਨਹੀਂ ਸੰਕਰ ਸਕੇ ਤੇ ਉਹਦਾ ਪਿਓ ਤੁਰ ਗਿਆ ਸੀ ਛੋਟੀ ਉਮਰ ਵਿੱਚ ਹੀ ਵਣ 45 ਸਾਲ ਵੀ ਕੋਈ ਉਮਰ ਹੁੰਦੀ ਐ ਉਹਦੇ ਅੰਦਰ ਭਰਵੀਂ ਰੀਜ ਜਾਗੀ ਕਾਸ਼ ਕਿ ਤੇ ਉਹਦਾ ਪਿਓ ਜਿਉਂਦਾ ਹੋਵੇ ਅਤੇ ਉਹ ਉਸ ਨਾਲ ਇੰਨਾ ਪਿਆਰ ਕਰੇ ਇੰਨਾ ਪਿਆਰ ਕਰੇ ਤੇ ਉਹ ਦੂਰ ਬਚਪਨ ਵਿੱਚ ਖਵਾਚ ਗਿਆ ਨਿੱਕੀ ਨਿੱਕੀ ਦਾੜੀ ਵਾਲਾ ਉਹਦਾ ਪਿਓ ਉਸਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਾਉਣ ਗਿਆ ਤਾਂ ਮਾਸਟਰ ਮੁਲਖ ਰਾਜ ਅਮਰੀਕ ਨੂੰ ਪਿੱਠ ਥਾਪੜ ਦਿਆਂ ਕਹਿ ਰਿਹਾ ਸੀ ਆ ਵੇਖ ਤੇਰੇ ਜਿੱਡੇ ਸਾਰੇ ਮੁੰਡੇ ਔ ਵੇ ਕੁਸ਼ੀਏ ਖੋਤੀ ਦਾ ਮੁੰਡਾ ਤੇਰੇ ਤੋਂ ਵੀ ਛੋਟਾ ਉਹ ਮੁੰਡਿਓ ਅਮਰੀਕੇ ਦਾ ਪਿਓ ਵੀ ਮੇਰੇ ਕੋਲ ਪੜਦਾ ਰਿਹਾ ਜੇ ਤੇ ਹੁਣ ਅਮਰੀਕ ਸੋਂ ਸਰਦਾਰ ਵੀ ਪੜਿਆ ਕਰੂ ਤੇ ਪਤਾਸੇ ਵੰਡਣ ਤੋਂ ਬਾਅਦ ਮਾਸਟਰ ਨੇ ਜਦੋਂ ਉਹਦੇ ਪਿਓ ਤੋਂ 50 ਰੁਪਏ ਦਾ ਨੋਟ ਦਾਖਲ ਕਰਾਈ ਲਿਆ ਤਾਂ ਉਹ ਹੱਸ ਕੇ ਕਹਿਣ ਲੱਗਾ ਸੀ ਮਾਸਟਰ ਜੀ ਇਹਨੂੰ ਵੀ ਕਿਤੇ ਸਾਡੇ ਵਰਗਾ ਹੀ ਨਾ ਪੜਾਇਓ ਸਾਡੀ ਤਾਂ ਬੇੜੀ ਡੋਬਦੀ ਜੇ ਇਹਨੂੰ ਬੰਨੇ ਲਾ ਦਿਓ ਤੇ ਮੁਲਖਰਾਜ ਖੀਖੀ ਕਰਕੇ ਹੱਸਦਾ ਹੋਇਆ ਕਹਿ ਰਿਹਾ ਸੀ ਆ ਜਾ ਪੁੱਤਰਾ ਬਾਜ਼ ਆ ਜਾ ਤੇ ਅਮਰੀਕ ਨੂੰ ਲੱਗਾ ਉਹਦਾ ਪਿਓ ਵਗਦੇ ਦਰਿਆ ਵਿੱਚ ਉਹਨੂੰ ਇਕੱਲਿਆਂ ਛੱਡ ਕੇ ਪਰਲੇ ਬੰਨੇ ਤੇ ਖਲੋਤਾ ਹੱਸ ਰਿਹਾ ਸੀ ਕੱਕੀ ਕੱਕੀ ਦਾੜੀ ਅਤੇ ਨਿੱਕੀਆਂ ਨਿੱਕੀਆਂ ਮੁੱਛਾਂ ਵਾਲਾ ਜਿਸਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ ਜਿਹੜਾ ਜੇ ਵੀ ਛਾਲਾਂ ਮਾਰਦਾ ਸੀ ਤੇ ਸਾਰਿਆਂ ਤੋਂ ਅੱਗੇ ਡਿੱਗਦਾ ਸੀ ਅਤੇ ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ ਅਸੀਥਾ ਜੀ ਜੰਤ ਵਾਲੇ ਹੋ ਗਏ ਆ ਹੁਣ ਸਾਥੋਂ ਛਾਲਾਂ ਕਿੱਥੇ ਵੱਜਦੀਆਂ ਬੁੱਢਿਆਂ ਬੰਦਿਆਂ ਤੋਂ ਤੇ ਫਿਰ 6-7 ਸਾਲ ਦੇ ਅਮਰੀਕ ਦੀ ਪਿੱਠ ਥਾਪੜ ਕੇ ਆਖਦਾ ਤੂੰ ਮਾਰਿਆ ਕਰ ਛਾਲਾਂ ਪੁੱਤਰਾ ਹੁਣ ਸਾਡੀ ਥਾਂ ਤੇ ਬੁੱਢਿਆਂ ਬੰਦਿਆਂ ਦੀ ਥਾਂ ਤੇ ਤੇ ਕਈ ਸਾਲ ਅਮਰੀਕ ਇਹ ਉਡੀਕ ਦਾ ਰਿਆ ਸੀ ਕਿ ਉਹਦਾ ਪਿਓ ਬੁੱਢਾ ਹੋਵੇ ਉਹਦੀ ਦਾੜੀ ਵਿੱਚ ਧੋਲੇ ਆਉਣ ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲੋਂ ਉਸਦੇ ਪਿਓ ਬਾਰੇ ਪੁੱਛਦਾ ਤਾਂ ਇਹੋ ਆਖਦਾ ਉਹ ਤੇਰਾ ਵੱਡਾ ਭਰਾ ਆ ਐ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ ਉਹਦਾ ਪਿਓ ਪਿਓ ਕਿਉਂ ਨਹੀਂ ਲੱਗਦਾ ਭਰਾ ਕਿਉਂ ਲੱਗਦਾ ਹੈ ਤੇ ਉਹ ਸੋਚਦਾ ਸਾਰੇ ਪਿਓਵਾਂ ਨੂੰ ਸਿਆਣੇ ਸਿਆਣੇ ਅਤੇ ਧੌਲੀ ਦਾੜੀ ਵਾਲੇ ਹੋਣਾ ਚਾਹੀਦਾ ਹੈ ਤੇ ਛਾਲਾ ਮਾਰਦੇ ਉਹਦੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ ਪੁੱਤਰਾ ਆਉਂਦੀਆਂ ਗੱਲਾਂ ਤੈਨੂੰ ਤੇਰੇ ਸਿੰਘਾਂ ਤੇ ਆ ਜੇ ਜਦੋਂ ਸਿਰ ਤੇ ਪਈ ਫੇਰ ਵੇਖੀ ਦੇ ਅਸੀਸਾਂ ਪਿਓ ਦੇ ਸਿਰ ਨੂੰ ਜਿਹੜਾ ਸਿੰਗਾਪੁਰੋਂ 4 ਪੈਸੇ ਕਲਾਈ ਜਾਂਦਾ ਹੈ ਤੇ ਉਹ ਸੱਚੀ ਪਿਓ ਦੇ ਸਿਰ ਤੇ ਐਸ਼ ਲੈਂਦਾ ਰਿਹਾ ਸੀ ਜ਼ਮੀਨ ਹਿੱਸੇ ਠੇਕੇ ਤੇ ਛੱਡਦਾ ਅਤੇ ਆਪ ਪਿੰਡ ਦੀਆਂ ਢਾਣੀਆਂ ਵਿੱਚ ਦੋ ਕੋੜਾ ਬੋਸਕੀ ਦੀ ਲਿਸ਼ਕ ਦੀ ਕਮੀਜ਼ ਪਾਈ ਸਿਰ ਤੇ ਗਾਜਰੀ ਰੰਗ ਦੀ ਪੱਗ ਬੰਨੀ ਫਿਰਦਾ ਉਸ ਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀ ਸੰਮਾ ਵਾਲੀ ਡਾਂਗ ਹੁੰਦੀ ਯਾਰ ਬੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ ਅਮਰੀਕ ਨੂੰ ਯਾਦ ਸੀ ਉਸ ਦੇ ਪਿਓ ਨੇ ਕਈ ਨਿੱਕੇ ਨਿੱਕੇ ਸ਼ੁਗਲਪਾਲ ਰੱਖੇ ਸਨ ਛਾਲਾ ਮਾਰਨ ਅਤੇ ਕੌਡੀ ਖੇਡਣ ਤੋਂ ਬਿਨਾ ਉਸ ਨੇ ਵਧੀਆਂ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ ਅਤੇ ਉਹ ਟਾਣੀਆਂ ਬੰਨ੍ਹ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ ਦੂਜੇ ਚੌਥੇ ਦਿਨ ਉਹਨਾਂ ਦੇ ਘਰ ਮਾਸ ਨੂੰ ਤੜਕੇ ਲੱਗਦੇ ਰਹਿੰਦੇ ਅਤੇ ਚੁਬਾਰੇ ਵਿੱਚ देर तਾਈ ਮਹਿਫਿਲ ਜੁੜੀ ਰਹਿੰਦੀ ਉਦੋਂ ਅਜੇ ਨਵੀਆਂ ਅਖਾਦਾਂ ਅਤੇ ਬੀਜ ਤੁਰੇ ਨਹੀਂ ਸਨ ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ ਸ਼ਾਇਦ ਉਹਂ ਵੀ ਬਹੁਤੀ ਆਮਦਨ ਕਮਾਉਣ ਵੱਲ ਉਸ ਦਾ ਰੁਝਾਨ ਹੀ ਨਹੀਂ ਸੀ ਇੰਜ ਪਿਓ ਵੱਲੋਂ ਭੇਜੇ ਪੈਸੇ ਉਹ ਗੁਲਸ਼ਰਿਆਂ ਵਿੱਚ ਹੀ ਉਡਾ ਦਿੰਦਾ ਸੀ ਪਰ ਪਿੰਡ ਵਿੱਚ ਉਸ ਦੀ ਇੱਜ਼ਤ ਬਣੀ ਹੋਈ ਸੀ ਵਧੀਆ ਖਿਡਾਰੀ ਹੋਣ ਕਰਕੇ ਚਿੱਟੇ ਕੱਪੜਿਆਂ ਕਰਕੇ ਪੈਸੇ ਵਾਲੇ ਦਾ ਪੁੱਤਰ ਹੋਣ ਕਰਕੇ ਅਤੇ ਚਾਰ ਬੰਦੇ ਡਾਂਗਾ ਫੜ ਕੇ ਤੁਰਨ ਵਾਲੇ ਨਾਲ ਹੋਣ ਕਰਕੇ ਅਮਰੀਕ ਪਿਓ ਦੇ ਨਾਲ ਫਿਰਦਾ ਤਾਂ ਉਹਦੇ ਪਿਓ ਦੇ ਯਾਰ ਉਹਨੂੰ ਲੜਾਉਂਦੇ ਰਹਿੰਦੇ ਉਹਦੀਆਂ ਗੋਰੀਆਂ ਗੱਲਾਂ ਥਪਕਦੇ ਉਹਦੇ ਪਿਓ ਨੂੰ ਮੁਖਾਤਬ ਹੁੰਦੇ ਤੇਰੀ ਜਨਾਨੀ ਸੂਏ ਵਧੀਆ ਸੁੰਦੀ ਏ ਮੁੱਛੇ ਤੇ ਅਮਰੀਕ ਜੋ ਥੋੜਾ ਥੋੜਾ ਸਿਆਣਾ ਹੋ ਰਿਹਾ ਸੀ ਉਹਨਾਂ ਦੀ ਗੱਲ ਸੁਣ ਕੇ ਕੰਨਾਂ ਤਾਂ ਹੀ ਲਾਲ ਹੋ ਜਾਂਦਾ ਇੰਜ ਕਰਤਾਰ ਸਿੰਘ ਦਾ ਪਿੰਡ ਵਿੱਚ ਟੌਰ ਸੀ ਅਤੇ ਉਹਦੇ ਕਰਕੇ ਅਮਰੀਕ ਦਾ ਸਕੂਲ ਵਿੱਚ ਕੋਈ ਨਿਆਣਾ ਉਹਨੂੰ ਮਾਰਦਾ ਨਹੀਂ ਸੀ ਚੰਗੇ ਕੱਪੜਿਆਂ ਵਾਲਾ ਹੋਣ ਕਰਕੇ ਸਾਰੇ ਮੁੰਡੇ ਉਸਨੂੰ ਯਾਰ ਬਣਾਉਣਾ ਲੋਚਦੇ ਮਾਸਟਰ ਹੋਸ ਨੂੰ ਪਿਆਰ ਕਰਦਾ ਸੀ ਤੇ ਅਮਰੀਕ ਉਹ ਦਿਨ ਯਾਦ ਕਰਕੇ ਸੋਚ ਰਿਹਾ ਸੀ ਕਾਸ਼ ਉਹਦਾ ਪਿਓ ਸਦਾ ਇਸ ਤਰ੍ਹਾਂ ਰਹਿੰਦਾ ਅਤੇ ਉਸਨੂੰ ਉਸੇ ਤਰ੍ਹਾਂ ਹੀ ਪਿਆਰ ਕਰਦਾ ਰਹਿੰਦਾ ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਜ ਝਟਾਣੀਆਂ ਵਿੱਚ ਫਿਰਨ ਤੋਂ ਵਰਜਦੀ ਰਹਿੰਦੀ ਪਰ ਉਹ ਕਿਸੇ ਪਰਵਾਹ ਕਰਦਾ ਸੀ ਪਤਨੀ ਨੂੰ ਤਾਂ ਜੁਰਤ ਹੀ ਨਹੀਂ ਸੀ ਕਿ ਉਸ ਅੱਗੇ ਉਭਾਸਰੇ ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਖਲ ਦੇਣ ਦਾ ਉਸ ਦਾ ਇਹ ਵਿਚਾਰ ਸੀ ਅਤੇ ਇੰਜ ਦਿਨ ਗੁਜ਼ਰਦੇ ਰਹੇ ਸਨ ਅਮਰੀਕ ਦਾ ਦਾਦਾ ਦੋ-ਚੌ ਸਾਲ ਬਾਅਦ ਕਿਧਰੇ ਆਉਂਦਾ ਸੀ ਅਮਰੀਕ ਦੇ ਜੰਮਣ ਤੇ ਜਦੋਂ ਉਹ ਆਇਆ ਤਾਂ ਉਦੋਂ ਦੋ ਕੋਠਣੀਆਂ ਅੱਗੇ ਸੋਫਾ ਅਤੇ ਅੱਗੇ ਬਰਾਂਡਾ ਛਤਵਾ ਕੇ ਉੱਪਰ ਚੁਬਾਰਾ ਪਵਾ ਗਿਆ ਸੀ ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ ਕਿ ਫਜ਼ੂਲ ਖਰਚੀ ਵਿੱਚ ਪੈਸਾ ਘਟ ਉਡਾਇਆ ਕਰੇ ਕੋਈ ਜ਼ਮੀਨ ਹੋਰ ਖਰੀਦ ਲਵੇ ਉਹ ਦੱਸਦਾ ਕਿਵੇਂ ਰੋਟੀ ਤੋਂ ਆਤਰ ਹੋ ਕੇ ਕਰਜ਼ੇ ਹੇਠਾਂ ਦੱਬੇ ਜਾਣ ਅਤੇ ਜ਼ਮੀਨ ਗਹਿਣੇ ਪੈ ਜਾਣ ਤੇ ਘਰੋਂ ਨਿਕਲਿਆ ਸੀ ਤੇ ਕਿਵੇਂ ਉਸਨੇ ਹੌਲੀ-ਹੌਲੀ ਗਹਿਣੇ ਪਈ ਸਾਰੀ ਪੈੜੀ ਛੁਡਵਾਈ ਸੀ ਉਹ ਬਾਹਰਲੇ ਮੁਲਕਾਂ ਵਿੱਚ ਕੰਮ ਦੀ ਕਦਰ ਬਾਰੇ ਵਿਚਾਰ ਦਿੰਦਾ ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਵਿੱਚ ਕੋਈ ਨਮੋਸ਼ੀ ਨਹੀਂ ਸੀ ਸਮਝੀ ਜਾਂਦੀ ਜਿੱਥੇ ਫੋਕੀ ਫੂਫਾ ਦਾ ਕੋਈ ਅਰਥ ਹੀ ਨਹੀਂ ਸੀ ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਹਨੇ ਚੁਬਾਰੇ ਵਿੱਚ ਬੈਠੀ ਢਾਣੀ ਸਾਹਮਣੇ ਹੱਸਦਿਆਂ ਉਹਦੇ ਪਿਓ ਨੂੰ ਆਖਿਆ ਸੀ ਓਏ ਕਰਤਾਰ ਸਿਆ ਜਦੋਂ ਮੈਂ ਆਉਂਦਾ ਮੈਂ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ ਪਰ ਤੂੰ ਕਿਤੇ ਵੇਲੇ ਵੇਲੇ ਸੋਫੀ ਹਾਲਤ ਵਿੱਚ ਹੋਵੇਂ ਤਾਂ ਨਾ ਕਰ ਤੂੰ ਜਿਹੜੀ ਕਰਨੀ ਐ ਤੇਰੀ ਨਹੀਂ ਤਾਂ ਹੋਏ ਕਿਦੀ ਮੰਨਣੀ ਐ ਤੇਰੇ ਸਿਰ ਤੇ ਬਜ਼ੁਰਗਾ ਐਸ਼ ਕਰਦੇ ਆ ਉਹ ਜੀਉਂਦਾ ਰਹੇ ਬੁੱਢੇ ਨੇ ਵੀ ਛਿੱਟ ਮੂਹ ਨੂੰ ਲਾਈ ਹੋਈ ਸੀ ਦਿਲ ਦੀ ਕੀ ਕਰਨੀ ਐ ਤੇ ਕੀ ਨਾ ਕਰਨੀ ਆ ਮੈਂ ਏਡੇ ਏਡੇ ਮਕਾਨ ਤੈਨੂੰ ਪਾ ਕੇ ਦਿੱਤੇ ਨੇ ਸੋਹਰਿਆ ਮੈਂ ਆ ਨਾ ਕਿਤੇ ਮੇਰੇ ਜਿਉਂਦੇ ਇਹਨਾਂ ਨੂੰ ਕਲੀ ਕਰਾ ਛੱਡ ਤੇ ਸਾਰੀ ਢਾਣੀ ਵਿੱਚ ਠੱਠਾ ਮਚ ਗਿਆ ਸੀ ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕਲੀ ਕਰਾਇਸਨ ਤੇ ਨਾ ਹੀ ਜ਼ਮੀਨ ਖਰੀਦੀ ਸੀ ਤੇ ਉਦੋਂ ਹੀ ਛੁੱਟੀ ਕੱਟ ਕੇ ਗਿਆ ਉਸ ਦਾ ਪਿਓ ਤੀਸਰੇ ਚੌਥੇ ਮਹੀਨੇ ਚੜਾਈ ਕਰ ਗਿਆ ਸੀ ਹੱਸਦੇ ਖੇਡਦੇ ਕਰਤਾਰ ਸਿੰਘ ਦੇ ਸਿੰਘਾਂ ਤੋਂ ਸਿਰ ਤੇ ਪੈ ਗਈ ਸੀ ਬਾਹਰੋਂ ਆਂਦਾ ਪੈਸਾ ਇੱਕਦਮ ਬੰਦ ਹੋ ਗਿਆ ਸੀ ਰਿਸ਼ਤੇਦਾਰਾਂ ਅਤੇ ਸੱਜਣਾ ਮਿੱਤਰਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪਵਾਹੀ ਕਰਵਾਏ ਤਾਂ ਹੀ ਗੁਜ਼ਾਰਾ ਚੱਲੇਗਾ ਤੇ ਅਮਰੀਕ ਨੂੰ ਇਹ ਵੀ ਕੱਲ ਵਾਂਗ ਯਾਦ ਸੀ ਉਸ ਦਾ ਪਿਓ ਅਤੇ ਮਾਮਾ ਬੀਕਾਨੇਰ ਵੱਲੋਂ ਬਲਦਾਂ ਦੀ ਇੱਕ ਵਧੀਆ ਜੋੜੀ ਖਰੀਦ ਕੇ ਲਿਆਏ ਸਨ ਲਿਸ਼ਲਿਸ਼ ਕਰਦੇ ਦੁੱਧ ਚਿੱਟੇ ਪਿੰਡਿਆਂ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਮੁਕਾਬਲੇ ਵਿੱਚ ਖਰਾਸ ਤੇ ਜੁੱਪੇ ਸਨ ਉਹਨਾਂ ਦੀ ਜੋਗ ਜਿੱਤ ਕੇ ਮੁੜੀ ਸੀ ਭਾਵੇਂ ਕਰਤਾਰ ਸਿੰਘ ਦੇ ਸਿਰ ਤੇ ਪੈ ਹੀ ਗਈ ਸੀ ਪਰ ਫਿਰ ਵੀ ਉਹ ਆਪਣੇ ਕੱਪੜੇ ਚਿੱਟੇ ਦੁੱਧ ਤੋਤੇ ਰੱਖਦਾ ਉਸ ਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ ਬੰਦਾ ਰੱਖ ਕੇ ਬਾਹੀ ਕਰਵਾਉਂਦਾ ਅਤੇ ਫਿਰ ਖੁੰਡਾਂ ਤੇ ਬਹਿ ਛੱਡਦਾ ਜਾਂ ਤਾਸ਼ ਖੇਡਦਾ ਰਹਿੰਦਾ ਕਰਦੇ ਵੀ ਸਮਝਾਉਂਦੇ ਅਤੇ ਬਾਹਰ ਦੇ ਵੀ ਵਾਈਆਂ ਮਿੱਟੀ ਨਾਲ ਮਿੱਟੀ ਹੋਈਆਂ ਹੁੰਦੀਆਂ ਨੇ ਬੇਗਾਨੇ ਪੁੱਤ ਸਿਰਤੇ ਹੋਈਆਂ ਬਿਨਾਂ ਕੰਮ ਨਹੀਂ ਕਰਦੇ ਇੰਜ ਚੱਟ ਨਹੀਂ ਸਰਨਾ ਅਮਰੀਕ ਦੀ ਦਾਦੀ ਰਾਤ ਨੂੰ देर ਤੱਕ ਘਰ ਨਾ ਆਉਣ ਤੇ ਬਾਹਰ ਟਾਣੀਆਂ 'ਚ ਬੈਠੇ ਰਹਿਣ ਕਰਕੇ ਕਰਤਾਰ ਸਿੰਘ ਤੇ ਔਖੀ ਹੁੰਦੀ ਨੜਛੇ ਆ ਬੰਦਿਆਂ ਵਾਲੇ ਚਾਲੇ ਫੜ ਧੀਆ ਪੁੱਤਾਂ ਵਾਲਾ ਹੋ ਗਿਆਂ ਕੰਮ ਕੀਤੇ ਆ ਬਿਨਾਂ ਨਹੀਂ ਫੈਲ ਸੂਫੀਆਂ ਪੁੱਗਣੀਆਂ ਏ ਪੁੱਗ ਜਾਣਗੀਆਂ ਬੁੱਢੜੀਏ ਆਪੇ ਪੁੱਗ ਜਾਣਗੀਆਂ ਤੂੰ ਚਿੰਤਾ ਨਾ ਕਰ ਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ ਜੋ ਕਿੰਨੇ ਚਿਰ ਤੋਂ ਚੌਂਕੇ ਵਿੱਚ ਬੈਠੀ ਉਸ ਨੂੰ ਉਡੀਕ ਰਹੀ ਹੁੰਦੀ ਤੂੰ ਕੁੜੀਏ ਨੂੰ ਆਪ ਨਹੀਂ ਵਰਜਦੀ ਪ੍ਰਸ਼ਾਦੇ ਗਰਮ ਕਰ ਕਰਕੇ ਖਵਾਉਂਦੀ ਏ ਇਹ ਵਿਗੜੇ ਕਿਉਂ ਨਾ ਜਦੋਂ ਆਵੇ ਠੰਡਾ ਤੋਸਾ ਮੱਥੇ ਮਾਰਿਆ ਕਰ ਸੋ ਵੇਖ ਲਈ ਨਹੀਂ ਤੇ ਔਖੀ ਹੋਏਗੀ ਬੁੱਢੜੀ ਆਖਦੀ ਤੇ ਠੀਕ ਹੀ ਉਸਦੀ ਮਾਂ ਬੜੀ ਔਖੀ ਹੋਈ ਸੀ ਅਮਰੀਕ ਦੇ ਬਾਲ ਮੰਤੇ ਉਹ ਰਾਤ ਉੱਕਰੀ ਹੋਈ ਸੀ ਜਦੋਂ ਉਹ ਗਵਾਂਡੀਆਂ ਦੀ ਕੁੜੀ ਬੀਰੋ ਕੋਲੋਂ ਬਾਤਾਂ ਸੁਣ ਰਿਆ ਸੀ ਕਿ ਉਹਨਾਂ ਦੇ ਘਰ ਚੀਖ ਚਿਹਾੜਾ ਮਚ ਗਿਆ ਸੀ। ਬੀਰ ਉਹ ਬੁੜਕ ਕੇ ਮੰਜੇ ਤੋਂ ਉੱਠੀ ਅਤੇ ਉਸ ਦੇ ਪਿੱਛੇ ਹੀ ਅਮਰੀਕ ਦੌੜ ਗਿਆ। ਘਰ ਵਿੱਚ ਕਹਰਾਮ ਮਚਿਆ ਹੋਇਆ ਸੀ। ਨਿਆਣੇ ਰੋ ਰਹੇ ਸਨ ਅਤੇ ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਲਈ ਬੋਟੀ ਨੂੰ ਕੁੱਟੇ ਜਾ ਰਿਹਾ ਸੀ। ਉਸ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਤੇ ਬਿਨਾਂ ਕੋਈ ਗੱਲ ਕੀਤੇਆਂ ਤੈਂ ਤੈਂ ਜੜੀ ਜਾ ਰਿਹਾ ਸੀ। ਆਂਡੀ ਗਵਾਂਡੀ ਇਕੱਠੇ ਹੋ ਗਏ। ਉਨਾ ਮਸਾ ਰੋਂਦੀ ਹੋਈ ਜਾਗੀਰ ਕੌਰ ਨੂੰ ਬਚਾਇਆ ਅਤੇ ਕਰਤਾਰ ਸਿੰਘ ਨੂੰ ਧੂਕੇ ਡੰਗਰਾ ਅੱਗੇ ਬਾਹਰ ਉਸ ਦੀ ਮੰਜੀ ਤੇ ਲੈ ਗਏ ਰੋਂਦੀ ਹੋਈ ਜਾਗੀਰ ਕੌਰ ਕਹਿ ਰਹੀ ਸੀ ਦੱਸੋ ਮੈਂ ਕੀ ਕਸੂਰ ਕੀਤਾ ਮੈਂ ਇਹੋ ਆਖਿਆ ਪਈ ਜੱਟਾ ਉੱਤੋਂ ਸੌ ਖਰਚ ਪਿਆ ਤੇ ਤੂੰ ਸ਼ਰਾਬਾਂ ਪੀਂਦਾ ਫਿਰਦਾ ਏ ਜਦੋਂ ਪੁੱਗਦੀ ਸੀ ਪੀ ਲਈ ਹੁਣ ਨਹੀਂ ਸਾਥੋਂ ਪੁੱਗਦੀ ਨਾ ਆ ਵੇਖਿਆ ਨਾ ਤਾ ਮੇਰੀਆਂ ਮੋਹਰਾਂ ਸੇਕਦੀਆਂ ਕੋਈ ਨਹੀਂ ਹੌਸਲਾ ਕਰ ਖਬਰੇ ਕੀ ਹੋ ਗਿਆ ਸਿਆਣਾ ਬਿਆਣਾ ਸੀ ਐ ਤੱਕ ਦੀ ਨਹੀਂ ਕੀਤਾ ਅੱਗੇ ਕਹਿੰਦੀਆਂ ਜ਼ਨਾਨੀਆਂ ਤੁਰ ਗਈਆਂ ਕਰਤਾਸ ਸਿੰਘ ਬਿਨਾਂ ਰੋਟੀ ਖਾਦਿਆਂ ਹੀ ਸੌ ਗਿਆ ਭਾਂਡਾ ਟੀਂਡਾ ਸਾंभ ਕੇ ਤੇ ਕੁੜੀਆਂ ਨੂੰ ਲੰਮਿਆਂ ਪਾ ਕੇ ਜਾਗੀਰਕੌਰ ਦਵਾਖੇ ਚ ਜਾਗਦਾ ਦੀਵਾ ਬੁਝਾਉਣ ਲੱਗੀ ਤਾਂ ਉਸਨੇ ਮੋਚੂਣ ਚੌਂਕੇ ਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ ਤੇ ਪੈਣ ਲਈ ਕਿਹਾ ਉਹ ਉੱਠਿਆ ਨਾ ਜਾਗੀਰਕੌਰ ਨੇ ਉਸ ਨੂੰ ਬਾਹੋਂ ਫੜ ਕੇ ਉਠਾਇਆ ਉਠ ਮੇਰਾ ਬੀਬਾ ਪੁੱਤ ਤੂੰ ਕਿਉਂ ਤੇ ਉਹ ਫਿਸ ਪਈ ਉਸ ਡੁੰਗਾ ਹੱਕਾ ਪਰਿਆ ਅੱਛਾ ਪੁੱਤ ਤੁਹਾਡੇ ਕਰਮ ਤੇ ਫੇਰ ਜਿਵੇਂ ਉਸ ਤੇ ਚਿੱਠੀ ਦੇ ਹੋਠਾਂ ਵਿੱਚੋਂ ਇਹ ਗੱਲ ਜਿਵੇਂ ਬਾਹਰ ਆ ਹੀ ਗਈ ਮੈਂ ਤਾਂ ਅਮਰੀਕ ਹਰੀ ਕੇ ਡੁੱਬ ਮਰ ਜਾਣਾ ਜਦੋਂ ਲੱਭੀ ਨਾ ਤੂੰ ਦੱਸ ਦੇ ਫੇ ਫਿਰ ਉਹ ਰੋਣ ਲੱਗ ਪਈ ਬੀਬੀ ਅਮਰੀਕ ਦੀ ੜ ਨਿਕਲ ਗਈ ਮਾਂ ਨੇ ਉਸ ਨੂੰ ਕੁੱਟ ਕੇ ਗਲ ਨਾਲ ਲਾ ਲਿਆ ਦੋਵੇਂ ਦੀਵਾ 부ਝਾ ਕੇ ਲੇਟ ਗਏ ਦੋਹਾਂ ਨੂੰ ਨੀਂਦ ਨਹੀਂ ਸੀ ਪੈ ਰਹੀ ਕਦੀ ਕਦੀ ਮਾਂ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਲੰਮਾ ਹੋਕਾ ਹਵਾ ਵਿੱਚ ਰਲ ਜਾਂਦਾ ਅਮਰੀਕ ਦੇ ਮਨ ਵਿੱਚ ਵਾਰ-ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ ਮੈਂ ਤੇ ਅਮਰੀਕ ਹਰੀ ਕੇ ਡੁੱਬ ਕੇ ਮਰ ਜਾਣਾ ਉਸਨੇ ਹਰੀਕੇ ਦਾ ਦਰਿਆ ਵੇਖਿਆ ਹੋਇਆ ਨਹੀਂ ਸੀ ਪਰ ਅੱਖਾਂ ਹੀ ਅੱਖਾਂ ਵਿੱਚ ਉਹ ਆਪਣੀ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਅਤੇ ਫੁੱਲੀ ਹੋਈ ਵੇਖ ਰਿਹਾ ਸੀ ਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੋ ਆ ਗਈ ਤੇ ਹੁਣ ਉਸ ਨੂੰ ਰਹਿ ਰਹਿ ਕੇ ਇਹ ਖਿਆਲ ਆਉਂਦਾ ਸੀ ਕਿ ਇੰਨੀ ਦੂਰ ਹਰੀਕੇ ਹੀ ਕਿਉਂ ਉਹਦੀ ਮਾਂ ਨਿਆਈਆਂ ਵਾਲੇ ਖੂਹ ਵਿੱਚ ਵੀ ਤਾਂ ਡੁੱਬ ਕੇ ਮਰ ਸਕਦੀ ਸੀ ਜਿੱਥੇ ਮਜ਼ਬੀਆਂ ਦੀ ਮਾਈ ਗਾਬੋ ਡੁੱਬ ਕੇ ਮੋਈ ਸੀ ਜਾਂ ਕਿਸੇ ਵੀ ਹੋਰ ਖੂਹ ਵਿੱਚ ਹਰੀ ਕੇ ਹੀ ਕਿਉ ਤੇ ਉਸਨੇ ਕੁੱਟ ਕੇ ਅੱਖਾਂ ਮੀਚੀਆਂ ਉਸਨੇ ਕਿੰਨਾ ਪਾਪ ਕੀਤਾ ਸੀ ਉਸਨੇ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਸੀ ਉਸ ਨੂੰ ਤਾਂ ਇਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ ਤੇ ਉਹ ਆਪਣੇ ਪਿਓ ਤੇ ਹੈਰਾਨ ਹੋ ਰਿਹਾ ਸੀ ਅੱਜ ਵਾਂਗ ਤਾਂ ਉਸਨੇ ਕਦੀ ਵੀ ਨਹੀਂ ਸੀ ਪੀਤੀ ਉਸ ਤੱਕ ਕਦੀ ਵੀ ਉਸੀ ਮਾਂ ਨੂੰ ਨਹੀਂ ਸੀ ਕੁੱਟਿਆ ਤੇ ਫਿਰ ਜਿਵੇਂ ਉਸ ਨੂੰ ਸਮਝ ਪਈ ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਅਤੇ ਉਸ ਆਪਣੇ ਇਕੱਲੇ ਭਰਾ ਨੂੰ ਬੰਨ ਠਾੜ ਕੇ ਔਣ ਲਈ ਗਿਆ ਸੀ ਵਾਈਆਂ ਵਿੱਚੋਂ ਬਚਦਾ ਹੀ ਕੀ ਸੀ ਜਿਸ ਦਿਨ ਦਾ ਖਾਤਾ ਆਇਆ ਸੀ ਕਰਤਾਰ ਸਿੰਘ ਖਿੱਚਿਆ ਖਿਜਿਆ ਰਹਿੰਦਾ ਸੀ ਪੈਸਿਆਂ ਦਾ ਪਰਮੰਧ ਕਿੱਥੋਂ ਹੋਵੇਗਾ ਉਹਨੇ ਸ਼ਾਹਾਂ ਤੋਂ ਪੁੱਛਿਆ ਸੀ ਪਰ ਇੰਨਾ ਜ਼ਿਆਦਾ ਵਿਆਜ ਉਹ ਇੱਕ ਭੈਣ ਦਾ ਇੱਕੋ ਭਰਾ ਸੀ ਭੈਣ ਨੇ ਲਿਖਿਆ ਸੀ ਉਸ ਕਿਹੜਾ ਰੋਜ਼-ਰੋਜ਼ ਕੁੜੀਆਂ ਵਿਆਹਣੀਆਂ ਸਨ ਕਰਤਾਰ ਉਸ ਦੇ ਪਿਓ ਦੀ ਥਾਂ ਵੀ ਸੀ ਤੇ ਭਰਾ ਦੀ ਵੀ ਤੇ ਕਰਤਾਰ ਸਿੰਘ ਜਾਗੀਰ ਕੌਰ ਨੂੰ ਆਪਣੀਆਂ ਟੋਮਾ ਦੇਣ ਲਈ ਕਹਿ ਰਹੀ ਆ ਸੀ ਉਹ ਲੋਡੇ ਵੇਲੇ ਦਾ ਸਮਝਾ ਥੱਕਿਆ ਸੀ ਪਰ ਉਹ ਕਹਿੰਦੀ ਸੀ ਮੇਰਾ ਅੱਗੇ ਕੀ ਰਹਿ ਗਿਆ ਸਾਰਾ ਗਹਿਣਾ ਘਰੇ ਹੀ ਖਾਦਾ ਗਿਆ ਹੁਣ ਇਹ ਵੀ ਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਨੇ ਗਹਿਣੇ ਨਾ ਦੇ ਕੇ ਮਾੜੀ ਕੀਤੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਗੱਲ ਕਰ ਰਿਹਾ ਸੀ ਤੇ ਇਸੇ ਉਦੇੜ ਬੁਣ ਵਿੱਚ ਉਸ ਦੀ ਅੱਖ ਲੱਗ ਗਈ ਸੀ ਉਵਾ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ ਸਨ ਦਸਾਂ ਵਿੱਚੋਂ ਦੋ ਕਿੱਲੇ ਗਹਿਣੇ ਧਰ ਦਿੱਤੇ ਗਏ ਸਨ ਪਰ ਕਰਤਾਰ ਸਿੰਘ ਦੀ ਸ਼ਰਾਬ ਵੱਧ ਗਈ ਸੀ ਪੀਣਾ ਤਾਂ ਜਿਵੇਂ ਉਸ ਦਾ ਨੇਮ ਬਣ ਗਿਆ ਸੀ ਉਹ ਸ਼ਰਾਬ ਨਾਲ ਗੁੱਟ ਹੋ ਕੇ ਘਰ ਆਂਦਾ ਫਿਰ ਉਸ ਅਫੀਮ ਖਾਣੀ ਵੀ ਸ਼ੁਰੂ ਕਰ ਦਿੱਤੀ ਉਹ ਆਦਤ ਹੌਲੀ-ਹੌਲੀ ਉਹ ਆਦਤ ਦਾ ਗੁਲਾਮ ਹੁੰਦਾ ਗਿਆ ਕਰਦਿਆਂ ਅਤੇ ਰਿਸ਼ਤੇਦਾਰਾਂ ਦੇ ਕਈ ਵਾਰ ਸਮਝਾਉਣ ਤੇ ਉਸ ਕੋਸ਼ਿਸ਼ ਵੀ ਕੀਤੀ ਕਿ ਛੱਡ ਦੇਵੇ ਪਰ ਅਮਲਤਾ ਜਿਵੇਂ ਉਹਦੇ ਹੱਡਾਂ ਵਿੱਚ ਰਚ ਗਿਆ ਸੀ ਅਮਰੀਕ ਦੇ ਵਿੰਦਿਆਂ ਵਿੰਦਿਆਂ ਕੁਝ ਸਾਲਾਂ ਵਿੱਚ ਹੀ ਉਸ ਦਾ ਪਿਓ ਬੁੱਢਾ ਹੋ ਗਿਆ ਸੀ ਘਰ ਵਿੱਚ ਹਰ ਵੇਲੇ ਖਿਜ ਗੁੱਸੇ ਅਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਇੰਜ ਹੌਲੀ ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜਦਾ ਗਿਆ ਜਾਗੀਰ ਕੋਰ ਚਾਉਂਦਿਆਂ ਹੋਿਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਹੀਂ ਸੀ ਮਰ ਸਕੀ ਹੁਣ ਉਹ ਘਰ ਵਿੱਚ ਹੀ ਹਰ ਕੜੀ ਗੋਤੇ ਖਾਂਦੀ ਡੁੱਬਦੀ ਮਰਦੀ ਰਹਿੰਦੀ ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਅਤੇ ਇੱਜ਼ਤ ਨਹੀਂ ਸੀ ਰਹਿ ਗਈ ਹੌਲੀ-ਹੌਲੀ ਹੱਤ ਚੰਗਾ ਲੱਗਣ ਵਾਲਾ ਪਿਓ ਅਮਰੀਕ ਸਿੰਘ ਦੀਆਂ ਨਜ਼ਰਾਂ 'ਚੋਂ ਡਿੱਗ ਪਿਆ ਸੀ ਅਤੇ ਉਹ ਆਪਸ ਵਿੱਚ ਟਣੇ-ਟਣੇ ਰਹਿੰਦੇ ਰਤਾ ਕੋ ਰਗੜ ਲੱਗਣ ਤੇ ਉਹਨਾਂ ਵਿਚਲਾ ਬਾਰੂਦ ਜਿਵੇਂ ਫਟ ਜਾਣ ਲਈ ਕਾਲਾ ਰਹਿੰਦਾ ਤੇ ਇਹ ਬਾਰੂਦ ਉਸ ਦਿਨ ਫਟ ਹੀ ਪਿਆ ਸੀ ਜਦੋਂ ਵੱਡੀ ਕੁੜੀ ਬੰਸੋ ਦਾ ਸਾਖ ਅਗਲਿਆਂ ਇਸ ਲਈ ਛੱਡ ਦਿੱਤਾ ਕੂੜੀ ਦਾ ਪਿਓ ਅਮਲੀ ਹੈ ਉਹਨਾਂ ਘਰ ਤਾਂ ਪੰਗ ਭੁੱਜਦੀ ਸੀ ਅਮਰੀਕ ਇਸ ਗੱਲੋਂ ਖਿਜ ਕੇ ਝਗੜਿਆ ਸੀ ਤੇ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ ਮੈਂ ਆਪਦੇ ਪਿਓ ਦੀ ਜਾਇਦਾਦ ਖਾਂਦਾ ਓਏ ਮੈਂ ਨਹੀਂ ਕਿਸੇ ਕੰਜਰ ਦੇ ਆਖਿਆ ਹਟਣਾ ਤੂੰ ਮੈਨੂੰ ਕੀ ਦਿੰਦਾ ਏ ਕਦੀ ਟੱਕਾ ਵੀ ਮੇਰੇ ਹੱਥ ਤੇ ਧਰਿਆਈ ਬੜਿਆ ਫਰਦਾਂ ਵੱਡਾ DNA ਤੇ ਅਮਰੀਕ ਚੁੱਪ ਕਰ ਗਿਆ ਸੀ ਭਾਵੇਂ ਉਹ ਆਪਣੀ ਅੱਧੀ ਤਨਖਾਹ ਕਰ ਦਿੰਦਾ ਸੀ ਤੇ ਉਹ ਘਰ ਵਿੱਚ ਹੀ ਵਰਤੀਨ ਦੀ ਸੀ ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਇਤਰਾਜ਼ ਸੀ ਕਿ ਤਨਖਾਹ ਉਹ ਆਪਣੀ ਮਾਂ ਦੇ ਹੱਥ ਤੇ ਹੀ ਧਰਦਾ ਸੀ ਉਸ ਨੂੰ ਕਿਉਂ ਨਹੀਂ ਸੀ ਦਿੰਦਾ ਇਸ ਲਈ ਉਸ ਦੇ ਉੱਤੇ ਇਸ ਦਾ ਕੋਈ ਹਸਾਨ ਮੁਰੰਮਤ ਨਹੀਂ ਸੀ ਵੇ ਪੁੱਤਾ ਤੇਰੀ ਆਈ ਮੈਂ ਮਰ ਜਾਂਦੀ ਵੇ ਮੈਨੂੰ ਰੋਲਣ ਨੂੰ ਛੱਡ ਗਏ ਤੁਰ ਗਿਓ ਵੇ ਮੇਰੇ ਛਿੰਦਿਆ ਪੁੱਤਾ ਮੰਜੀ ਤੇ ਹੱਡੀਆਂ ਦੀ ਮੁੱਠ ਬਣੀ ਬੁੰਡੜੀ ਦਾਦੀ ਨੇ ਕਿਰਨੇ ਪਾਉਣੇ ਸ਼ੁਰੂ ਕਰ ਦਿੱਤੇ ਦੋ ਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ ਹੈ ਕੰਬਲੀਆਂ ਤੁਸੀਂ ਕਿਉਂ ਰੋਂਦੀਆਂ ਜੇ ਤੁਹਾਡੇ ਵੀਰ ਜਿਉਂਦੇ ਰਹਿਣ ਤੁਹਾਨੂੰ ਕਿਸ ਗੱਲ ਦਾ ਘਾਟਾ ਜਾਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਕਿਹਾ ਇਹਨਾਂ ਦੀ ਸੁੱਖ ਮੰਗੋ ਤੁਹਾਨੂੰ ਦੋਹਾਂ ਨੂੰ ਤਾਂ ਵਿਆਹ ਗਿਆ ਆਹ ਜਿਹੜੀ ਨਿਕੜੀ ਹੈ ਜੇ ਰਹਿੰਦੀ ਹੈ ਤੇ ਆਫੂ ਪਰ ਮੁੰਡਾ ਜਿਹਦੇ ਵਰਗਿਆਂ ਨੂੰ ਅਜੇ ਪਤਾ ਨਹੀਂ ਸੌ ਕੇ ਦਿਨ ਕਦੋਂ ਚੜਦਾ ਵਿਚਾਰਾ ਉੱਦਣ ਦਾ ਹਾਲਾ ਮਗਰ ਖੁੱਚਾਂ ਤੜਾਉਂਦਾ ਤੇ ਉਹਨਾਂ ਨੂੰ ਹੌਸਲਾ ਦਿੰਦੀ ਉਹ ਆਪ ਵੀ ਫਿਸਪਈ ਨਾ ਬੀਬੀ ਸਾਨੂੰ ਆਇਆਂ ਨੂੰ ਸਿਰ ਤੇ ਪਿਆਰ ਦੇ ਕੇ ਕੌਣ ਗੱਲ ਨਾਲ ਲਾਇਆ ਕਰੂ ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ ਵੱਡੀ ਕੁੜੀ ਦੀ ਲੇਰ ਨਿਕਲ ਗਈ ਅਮਰੀਕ ਗੁੰਮਸਮ ਹੋਇਆ ਬੈਠਾ ਰਿਹਾ ਉਹਦਾ ਜੀ ਕੀਤਾ ਉਹਨਾਂ ਨੂੰ ਚੁੱਪ ਕਰਾਵੇ ਪਰ ਉਸ ਮਹਿਸੂਸ ਕੀਤਾ ਕਿ ਜੇ ਉਹ ਬੋਲਿਆ ਤਾਂ ਉਸ ਦਾ ਵੀ ਰੋਣਾ ਨਿਕਲ ਜਾਵੇਗਾ ਇਹ ਕੀ ਵਕਤ ਪਾ ਗਿਆ ਸੀ ਉਸ ਦਾ ਪਿਓ ਇਮਾਰਤ ਢੇਠੋਂ ਜਿਵੇਂ ਵੱਡਾ ਥੰਮ ਖਿਸਕ ਗਿਆ ਹੋਵੇ ਅਤੇ ਸਾਰੀ ਇਮਾਰਤ ਡੋਲ ਰਹੀ ਹੋਵੇ ਉਹ ਨਿਤਾਣਾ ਜਿਹਾ ਹੋ ਕੇ ਫਿਰ लेट ਗਿਆ ਧਿਆਨ ਪਾਸੇ ਪਾ ਕੇ ਉਹ ਕੜੀ ਪਲ ਦੁੱਖ ਤੋਂ ਮੂੰਹ ਪਾਸੇ ਮੋੜਨਾ ਚਾਹੁੰਦਾ ਸੀ ਇੱਕ ਪਲ ਲਈ ਉਸ ਦਾ ਧਿਆਨ ਦਿਆਲੂ ਕੁੱਬੇ ਦੀ ਵਾਟੀ ਵੱਲ ਖਿੱਚਿਆ ਗਿਆ ਜੋ ਉਹਨਾਂ ਘਰ ਅਫਸੋਸ ਕਰਨ ਆਈਆਂ ਜ਼ਨਾਨੀਆਂ ਨਾਲ ਇੱਕ ਪਾਸੇ ਬੈਠੀ ਸੀ ਤੇ ਦੂਜੀਆਂ ਜਨਾਨੀਆਂ ਤੋਂ ਅੱਖ بچਾ ਕੇ ਥੂਕ ਨਾਲ ਆਪਣੀਆਂ ਅੱਖਾਂ ਗਿੱਲੀਆਂ ਕਰ ਰਹੀ ਸੀ ਤਾਂ ਕਿ ਉਸ ਦੇ ਪਿਓ ਦੇ ਗਮ ਵਿੱਚ ਪੂਰੀ ਤਰ੍ਹਾਂ ਨਾਲ ਸ਼ਰੀਕ ਹੋ ਸਕੇ ਉਸ ਨੇ ਜਦੋਂ ਉਸ ਨੂੰ ਇੰਜ ਕਰਦਿਆਂ ਵੇਖਿਆ ਤਾਂ ਮਨ ਹੀ ਮਨ ਹੱਸਿਆ ਸੀ ਪਰ ਹੁਣ ਉਹ ਇਸ ਗੱਲ ਤੋਂ ਹੱਸ ਨਾ ਸਕਿਆ ਨਾ ਹੀ ਮੁਸਕਰਾ ਸਕਿਆ ਉਸ ਦੀਆਂ ਅੱਖਾਂ ਅੱਗੇ ਕਰਤਾਰ ਸਿੰਘ ਦੀ ਤਸਵੀਰ ਫਿਰ ਰਹੀ ਸੀ ਉਹ ਸਿਰ ਝਟ ਗਿਆ ਵਾਸਾ ਬਦਲਿਆ ਅਤੇ ਅੱਜ ਭੋਗ ਸਮੇ ਗੁਰਦੁਆਰੇ ਦੀ ਅਨਪੜ ਗ੍ਰੰਥੀ ਵੱਲੋਂ ਪੜ੍ਹੇ ਸ਼ਬਦ ਬਾਰੇ ਸੋਚਦਾ ਇੱਕ ਪਲ ਲਈ ਮੁਸਕਰਾਇਆ ਜੋ ਦਾਨਾ ਬੀਨਾ ਸਾਈ ਮੈਂਡਾ ਨੂੰ ਦਾਨਾ ਬੀਂਡਾ ਸਾਈ ਮੈਂਡਾ ਆਖੀ ਜਾ ਰਿਹਾ ਸੀ ਅਤੇ ਸਾਰੇ ਬੈਠੇ ਲੋਕ ਉਹਦੇ ਸ਼ਬਦ ਅਤੇ ਅਮਰੀਕ ਦੀ ਗੱਲ ਸੁਣ ਕੇ ਹੱਸ ਪਏ ਸਨ ਬਾਬਾ ਤੂੰ ਮੇਰੇ ਪਿਓ ਨੂੰ ਤਾਂ ਜਿਹੜਾ ਸੁਰਗਾਂ ਚ ਪਹੁੰਚਾਉਣਾ ਹੈ ਉਹ ਤਾਂ ਅੱਡ ਰਿਹਾ ਤੂੰ ਆਪਣੇ ਲਈ ਨਰਕ ਦੇ ਬਾਨ ਨੂੰ ਜ਼ਰੂਰ ਬੰਨ੍ਹਦਾ ਪਿਆ ਪਰ ਇਹ ਮੁਸਕਰਾਹਟ ਬਹੁਤੀ ਦੇਰ ਕਾਇਮ ਨਾ ਰਹੀ ਅਤੇ ਪਰਿਵਾਰ ਦੇ ਸਾਰੇ ਜੀ ਵਾਰ-ਵਾਰ ਉਸ ਦੀਆਂ ਨਜ਼ਰਾਂ ਅਗੋਂ ਗੁਜ਼ਰਨ ਲੱਗੇ ਜਿਨ੍ਹਾਂ ਲਈ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਉਸਨੇ ਹੁਣ ਦੋ ਭੈਣਾਂ ਨਾਲ ਭਰਾ ਅਤੇ ਪਿਓ ਦੀ ਥਾਂ ਵਰਤਣਾ ਸੀ ਛੋਟੀ ਨੂੰ ਜੋ ਜੇ ਪੜਦੀ ਸੀ ਪੜਾਉਣਾ ਸੀ ਵਿਆਹਣਾ ਸੀ ਮਾਂ ਦੇ ਹਰ ਦੁੱਖ ਸੁੱਖ ਦਾ ਖਿਆਲ ਰੱਖਣਾ ਸੀ ਅਤੇ ਇਹ ਖਿਆਲ ਰੱਖਦੇ ਹਾਂ ਹੋਇਆ ਵੀ ਬੜੀ احتیاط ਤੋਂ ਕੰਮ ਲੈਣਾ ਸੀ ਭੈਣਾ ਦੇ ਕਿਸੇ ਕਾਰਜ ਤੇ ਨਾ ਗਿਆ ਛੋਟਿਆਂ ਨਾਲ ਕੋਈ ਵੱਦ ਘਟ ਹੋ ਗਈ ਤਾਂ ਉਹਨਾਂ ਤਾਂ ਆਖਣਾ ਹੀ ਸੀ ਸਗੋਂ ਲੋਕਾਂ ਵੀ ਆਖਣਾ ਸੀ ਵੱਡਾ ਭਰਾ ਹੀ ਇਹ ਨਾ ਕਿਤੇ ਪਿਓ ਜਿਉਂਦਾ ਹੁੰਦਾ ਤਾਂ ਇਸ ਤਰ੍ਹਾਂ ਨਹੀਂ ਸੀ ਹੋਣਾ ਤੇ ਮਾਂ ਨੂੰ ਮਹਿਸੂਸ ਨਹੀਂ ਸੀ ਹੋਣ ਦੇਣਾ ਨਹੀਂ ਤਾਂ ਉਸ ਨੂੰ ਜਨਾਨੀਆਂ ਦੀਆਂ ਕੀਤੀਆਂ ਗੱਲਾਂ ਬਾਰ-ਬਾਰ ਯਾਦ ਆਉਂਦੀਆਂ ਸਨ ਪੈਣੇ ਤੇਰਾ ਤਾਂ ਰਾਜ ਖੁੱਸ ਗਿਆ ਮਰਜ਼ੀ ਨਾਲ ਅੰਦਰੋਂ ਕੱਢਦੀ ਸਹਿ ਵਰਤਦੀ ਸੈਂ ਹੁਣ ਸੁਖ ਨਾਲ ਭਾਵੇਂ ਸਲੱਗ ਨੇ ਪਰ ਹਰ ਗੱਲੇ ਮੁੰਡਿਆਂ ਦੇ ਹੱਥਾਂ ਵਾਂਗ ਵੇਖੇਗੀ ਮੰਗਤਿਆਂ ਵਾਂਗੂ ਸਿਰ ਦੇ ਸਾਈ ਨਾਲ ਤੇਰੀ ਤਾਂ ਸਰਦਾਰੀ ਤੁਰ ਗਈ ਇਹ ਸਾਰੇ ਕੁਝ ਲਈ ਪੈਸੇ ਦੀ ਲੋੜ ਸੀ ਅਮਰੀਕ ਸੋਚਦਾ ਸੀ ਕਿ ਉਹ ਆਪ ਵਾਹੀ ਵਿੱਚ ਧਿਆਨ ਦੇਗਾ ਤਾਂ ਹੀ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ ਦੋ ਢਾਈ ਕਿੱਲੇ ਹੋਰ ਕੁੜੀਆਂ ਦੇ ਵਿਆਹ ਤੇ ਉਸਦੇ ਪਿਓ ਨੇ ਗਹਿਣੇ ਕਰ ਦਿੱਤੇ ਸਨ ਉਸ ਦਾ ਖਿਆਲ ਸੀ ਬਚਦੇ ਪੰਜ ਛੇ ਕਿੱਲਿਆਂ ਵਿੱਚ ਜੇ ਉਹ ਖਾਦ ਆਦ ਪਾ ਕੇ ਫਸਲ ਬੀਜਿਆ ਕਰਨਗੇ ਤਾਂ ਘਰ ਦਾ ਗੁਜ਼ਾਰਾ ਤੁਰ ਪਏਗਾ ਹੁਣ ਉਹ ਸਾਰੀ ਤਨਖਾਹ ਆਪਣੇ ਹੱਥੀ ਵਰਤਿਆ ਕਰੂ ਅੱਗੇ ਤਾਂ ਸਾਰੀ ਤਨਖਾਹ ਖੇਰੂ ਖੇਰੂ ਹੋ ਜਾਂਦੀ ਸੀ ਉਸ ਨੂੰ ਆਸ ਸੀ ਕਿ ਮਹਿੰਦਰਵਾਹੀ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਤਾਂ ਹੌਲੀ ਹੌਲੀ ਉਹ ਆਪਣੀ ਜ਼ਮੀਨ ਵੀ ਛੁਡਾ ਲੈਣਗੀ ਸਵੇਰੇ ਉਸਨੇ ਨੌਕਰੀ ਤੇ ਤੁਰ ਜਾਣਾ ਸੀ ਇਸ ਲਈ ਉਸਨੇ ਛੋਟੇ ਪ੍ਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਤੋੜ ਲਈ ਮਿੰਦਰਾ ਤਕੜਾ ਹੋ ਕੇ ਪੈ ਜਾ ਕੰਮ ਨੂੰ ਹੁਣ ਮੈਂ ਵੀ ਹਫਤੇ ਦਸੀ ਦਿਨੀ ਗੇੜਾ ਮਾਰ ਜਾ ਕਰੂੰ ਉਹ ਜਿਹੜੀ ਜੀਤੇ ਹੁਰਾਂ ਕੋਲ ਪਹਿਲੀ ਗਹਿਣੇ ਆ ਉਸ ਲਾਈਨ ਵਾਲੇ ਬਚਦੇ ਕਿਲੇ ਚ ਪੱਠੇ ਵੀ ਛੱਡੀ ਵਾ ਕੇ ਮੈਂ ਪਰਸੋਂ ਵੇਖ ਕੇ ਆਇਆ ਉਰਲੀ ਪੈੜੀ ਚ ਚੋਨਾ ਲਾਵਾਂਗੇ ਠੀਕ ਹੈ ਨਾ ਮਹਿੰਦਰ ਚੁੱਪ ਰਿਹਾ ਅਕਾਸ਼ ਵਿੱਚ ਤਾਰਿਆਂ ਨੂੰ ਖੁਰਦਾ ਰਿਹਾ ਤੇ ਫਿਰ ਪਾਸਾ ਬਦਲ ਕੇ ਲੰਮਾ ਪੈ ਗਿਆ ਜਿਵੇਂ ਉਹ ਜਾਣ ਬੁਝ ਕੇ ਨਾ ਬੋਲਣਾ ਚਾਹੁੰਦਾ ਹੋਵੇ ਅਮਰੀਕ ਫਿਰ ਬੋਲਿਆ ਤਾਂ ਜਾਗੀਰ ਕਰਨੇ ਕਿਹਾ ਉਹ ਪੌਣਾ ਕਿਲਾ ਤਾਂ ਪਿਛਲੇ ਸਾਲ ਹੀ ਗਹਿਣੇ ਕਰ ਦਿੱਤਾ ਹੋਇਆ ਕਿਹੜਾ ਉਤਲਾ ਆਹੋ ਕਿਉਂ ਉਸ ਦੀ ਆਵਾਜ਼ ਵਿੱਚ ਗੁੱਸਾ ਸੀ ਆ ਤੇਰੀ ਭੈਣ ਦੀ ਸੱਸ ਦੇ ਘਟ ਤੇ ਜੋ ਗਏ ਸਾਂ ਉਦੋਂ ਮਾਂਦਬੀ ਆਵਾਜ਼ ਵਿੱਚ ਬੋਲੀ ਸੀ ਅਮਰੀਕ ਨੇ ਸੋਚਿਆ ਹੁਣ ਖਿਜਣ ਦਾ ਕੀ ਫਾਇਦਾ ਸੀ ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੇ ਹੀ ਨਾ ਪੈਂਦੀ ਉਹ ਇਸ ਨੂੰ ਹੋਣੀ ਸਮਝ ਕੇ ਪੀ ਗਿਆ ਤੇ ਪਿੱਛੇ ਪੈੜੀ ਕਿਹੜੀ ਰਹਿ ਗਈ ਸੀ ਫਿਰ ਉਸ ਨੇ ਜਿਵੇਂ ਖਲਾਨ ਨੂੰ ਪੁੱਛਿਆ ਹੋਵੇ ਕੋਈ ਜਵਾਬ ਨਾ ਆਇਆ ਉਧਰੋਂ ਖਾਦ ਦੇ ਪੈਸੇ ਦੇਣੇ ਹਨ ਪਤਾ ਨਹੀਂ ਖਾਦ ਪਾਉਂਦੇ ਰਹੇ ਜਾਂ ਫਸਲ ਤੱਕ ਦੇ ਖਾਣ ਜੋਗੀ ਹੋਈ ਨਹੀਂ ਉਹ ਆਪ ਹੀ ਬੁੜਬੁੜ ਕਰਕੇ ਚੁੱਪ ਕਰ ਗਿਆ ਖਾਤ ਤਾਂ ਅੱਗੇ ਨਕਦ ਵੇਚ ਕੇ ਪੈਸੇ ਵਟ ਕੇ ਵਰਤ ਲੈ ਸਨ ਖੇਤਾਂ 'ਚ ਕਿੱਥੇ ਪਾਈ ਸੀ ਮਹਿੰਦਰ ਪਹਿਲੀ ਵਾਰ ਬੋਲਿਆ ਉਹਦੀ ਆਵਾਜ਼ ਵਿੱਚ ਪਤਾ ਨਹੀਂ ਸੀ ਲੱਗਦਾ ਨਿਰਲੇਪਤਾ ਸੀ ਜਾਂ ਕੁੜੱਤਣ ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜਿਆ ਮੈਂ ਆਨਾ ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹਿ ਜੇ ਮਾਤਾ ਤੂੰ ਸਭ ਕੁਝ ਸਾਥੋਂ ਲੁਕਾਉਂਦੀ ਰਹੀ ਹੈ ਉਸਦੀ ਆਵਾਜ਼ ਵਿੱਚ ਮਾਂ ਪ੍ਰਤੀ ਦੱਬਵਾ ਗੁੱਸਾ ਸੀ ਮੈਂ ਵੀਰਾ ਕੀ ਲੁਕਾਉਂਦੀ ਰਹੀ ਆ ਤੂੰ ਤਾਂ ਘਰ ਦਾ ਖਿਹੜੇ ਛੱਡਿਆ ਹੋਇਆ ਸੀ ਉਹ ਮਨਮਰਜ਼ੀ ਕਰਦਾ ਸੀ ਉਹਦੇ ਅਮਲ ਦਾ ਇੰਨਾ ਖਰਚਾ ਘਰੋਂ ਹੀ ਤਾਂ ਹੁੰਦਾ ਸੀ ਤੂੰ ਅਣਜਾਣਤਾ ਨਾ ਬਣ ਉਹ ਦੰਦ ਕੁੱਟੀ ਲੰਮਾ ਪਿਆ ਰਿਆ ਇੰਨਾ ਪੈਸਾ ਉਹ ਕਿਵੇਂ ਉਤਾਰੇਗਾ ਵਾਹੀ ਕਿਵੇਂ ਤੋਰੇਗਾ ਝੋਨੇ ਲਈ ਖਾਦ ਵੀ ਤਾਂ ਚਾਹੀਦੀ ਸੀ ਮੱਖਣ ਸੌ ਵੀ ਇੱਕ ਪਰਨੋਟ ਲਈ ਫਿਰਦਾ ਜੇ ਮੈਨੂੰ ਵਿਖਾਉਂਦਾ ਸੀ ਪਾਈਏ ਨੇ ਉਸ ਤੋਂ ਵੀ 500 ਰੁਪਇਆ ਵਿਆਜ ਹੀ ਫੜਿਆ ਹੋਇਆ ਜੇ ਮੈਨੂੰ ਆਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰ ਮਹਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਖੋਲਿਆ ਜਿਵੇਂ ਮੱਥੇ ਵਿੱਚ ਕੁਝ ਪਟੱਕੇ ਮਾਰੀਦਾ ਹੈ ਲਓ ਹੋਰ ਸੁਣ ਲਓ ਮੈਂ ਆ ਨਾ ਸਭ ਪਾਸੇ ਦੇਣਾ ਹੀ ਦੇਣਾ ਅਮਰੀਕ ਉੱਠ ਕੇ ਬੈਠ ਗਿਆ ਪਹਿਲਾਂ ਤਾਂ ਉਹ ਗੁੱਸੇ ਵਿੱਚ ਭਰ ਗਿਆ ਪਰ ਫਿਰ ਹੌਲੀ-ਹੌਲੀ ਉਦੇ ਮੱਥੇ ਦੀਆਂ ਕੱਸੀਆਂ ਹੋਈਆਂ ਨਾੜਾਂ ਢਿੱਲੀਆਂ ਪੈ ਗਈਆਂ। ਉਹ ਸੋਚਿਆ ਇਸ ਸਭ ਕੁਝ ਨੂੰ ਪਰਵਾਨ ਕਰਨਾ ਪੈਣਾ ਸੀ ਤੇ ਫਿਰ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ। ਉਹ ਬਾਬਾ ਇੱਕੋ ਵਾਰੀ ਦੱਸ ਦਿਓ ਕਿਧਾ ਕਿਧਾ ਕੀ ਕੀ ਦੇਣਾ ਮੈਂ। ਹੌਲੀ ਹੌਲੀ ਕਿਉਂ ਲੱਗੇ ਹੋ? ਤੇ ਫਿਰ ਉਹ ਆਪ ਹੀ ਬੋਲਿਆ ਨਾਲੇ ਘਰ ਗਵਾਇਆ ਨਾਲੇ ਭੜੂਆ ਖਵਾਇਆ। ਲੋਕੀ ਸੌ ਸੌ ਗੱਲਾਂ ਕਰਦੇ ਨੇ ਦਰਮਨ ਨਾਲ ਜੀ ਕਰਦਾ ਧਰਤੀ ਚ ਨਿੱਗਰ ਜੀਏ ਜਦੋਂ ਸੁਣੀਦਾ। ਉਹ ਪੀ ਕੇ ਉਸ ਮੋੜ ਤੇ ਪਿਆ ਸੀ ਕਦੀ ਉਸ ਮੋੜ ਤੇ। ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ। ਸੱਚੀ ਭਾਜੀ ਅਸੀਂ ਤਾਂ ਤੁਹਾਨੂੰ ਡਰਦੇ ਨਹੀਂ ਸੀ ਦੱਸਦੇ ਉਦੋਂ। ਭਾਈਆ ਤੇ ਹੁਣ ਸੱਚੀ ਪੁੱਠੇ ਕੰਮੀ ਉੱਤਰ ਆਇਆ ਸੀ। 2-3 ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੰਚਲ ਕਲੀ ਵਾਲੇ ਕੋਲ ਵੇਚ ਦਿੱਤਾ। ਅਸੀਂ ਲੱਭਦੇ ਫਿਰਿਏ ਪਿੱਛੋਂ ਪਤਾ ਲੱਗਾ ਫਿਰ ਚੰਚਲ ਤੋਂ ਮੋੜ ਕੇ ਆਂਦਾ ਪੈਸੇ ਦੇ ਕੇ ਅਮਰੀਕ ਨੂੰ ਇੱਕ ੱੱਕਾ ਜਿਹਾ ਲੱਗਾ ਉਸ ਸੋਚਿਆ ਜੇ ਕਿਧਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹ ਕੀ ਮੂੰਹ ਦਿੰਦਾ ਹੋ ਸਕਦਾ ਸੀ ਉਸ ਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ ਤੇ ਇਹ ਸਭ ਕੁਝ ਸੋਚਦਿਆਂ ਉਹ ਜਵੇਂ ਨਮੋਸ਼ੀ ਵਿੱਚ ਘਰ ਖੁੰਦਾ ਜਾ ਰਿਹਾ ਸੀ ਸਰਦਾਰ ਜੀ ਤੁਸੀਂ ਛੱਡੋ ਉਹਦੀਆਂ ਗੱਲਾਂ ਉਹ ਤਾਂ ਚੈਂਚਲ ਦੀ ਹੱਟੀ 'ਚ ਵੜ ਕੇ ਕਈ ਵਾਰ ਨਸਵਾਰ ਵੀ ਲੈ ਲੈਂਦਾ ਸੀ ਤੇ ਹੁਣ ਫੀਮ ਦੀ ਥਾਂ ਉਹ ਨਸ਼ੇ ਦੀਆਂ ਗੋਲੀਆਂ ਜਿਹੀਆਂ ਵੀ ਖਾਂਦਾ ਸੀ ਤੇ ਉਹ ਬੀੜਾ ਜਿਹਾ ਵੀ ਲੈਂਦਾ ਸੀ ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ ਚੰਗਾ ਹੋਇਆ ਉਹਦੇ ਪਿਓ ਦੀਆਂ ਇਹ ਗੱਲਾਂ ਉਸ ਕੋਲੋਂ ਲੁਕੀਆਂ ਰਹੀਆਂ ਸਾਂ ਇੰਜ ਉਹ ਸ਼ਰਿਆਮ ਨਹੀਂ ਸੀ ਕਰਦਾ ਇਸ ਲਈ ਹੋ ਸਕਦਾ ਹੈ ਲੋਕਾਂ ਨੂੰ ਵੀ ਉਸ ਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੋਵੇ ਤੇ ਜੇ ਉਹਦਾ ਪਿਓ ਸ਼ੇਰੀਆਮ ਭਾਂਡੇ ਚੁੱਕਦਾ ਨਸਵਾਰ ਲੈਂਦਾ ਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਰਹਿਣੀ ਸੀ ਭਲਾ ਅੱਗੇ ਵੱਡੀ ਕੁੜੀ ਦੇ ਸਾਖ ਛੁੱਟਣ ਦੀ ਨਮੋਸ਼ੀ ਨੇ ਉਹਦੀ ਜ਼ਮੀਰ ਨੂੰ ਤੁਰ ਅੰਦਰੋਂ ਜ਼ਖਮੀ ਕਰ ਦਿੱਤਾ ਹੋਇਆ ਸੀ ਕਿਉਂ ਬੀਬੀ ਠੀਕ ਗੱਲ ਐ ਉਸ ਨੂੰ ਪਰੇ ਪੀਤੇ ਨੂੰ ਇਤਰਾਜ਼ ਸੀ ਕਿ ਉਹਦੀ ਮਾਂ ਨੇ ਉਸ ਨੂੰ ਰੁਪਏ ਕਰਜ਼ ਚੁੱਕਣ ਜ਼ਮੀਨ ਗਹਿਣੇ ਪਾਉਣ ਤੇ ਇਸ ਤਰ੍ਹਾਂ ਹੀ ਉਦੇ ਪਿਓ ਦੀਆਂ ਵਿਗੜਦੀਆਂ ਆਦਤਾਂ ਬਾਰੇ ਉਸ ਨੂੰ ਕਿਉਂ ਨਹੀਂ ਸੀ ਦੱਸਿਆ ਠੀਕ ਆ ਹੋਰ ਝੂਠ ਥੋੜਾ ਸਭ ਤੋਂ ਛੋਟੀ ਕੁੜੀ ਬੋਲ ਪਈ ਇਸ حساب ਨਾਲ ਤਾਂ ਜਿਹੜੀ ਦੋ ਕਿੱਲੇ ਬਚਦੀ ਸੀ ਜੇ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪੈ ਜਾਣੀ ਸੀ ਤੇ ਪਿੱਛੇ ਰਹਿ ਜਾਣਾ ਸੀ ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਕਮਹਿੰਦਰ ਬੋਲ ਪਿਆ ਪਿੱਛੇ ਰਹਿ ਜਾਣਾ ਸੀ ਠੁੰਣ ਠਣ ਗੋਪਾਲ ਮੈਂ ਤਾਂ ਆ ਨਾ ਪਾਜੀ ਅਜੀਬੀ ਵੇਲੇ ਸਿਰ ਮਰ ਗਿਆ ਚੰਗਾ ਹੀ ਹੋਇਆ ਇਹ ਵੀ ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ ਉਹਦੇ ਹਾਸੇ ਵਿੱਚ ਨਾ ਕੋਈ ਖੁਸ਼ੀ ਸੀ ਤੇ ਨਾ ਕੋਈ ਦਰਦ ਅਜੀਬ ਤਰ੍ਹਾਂ ਦਾ ਇੱਕ ਬੇਰੰਗ ਹਾਸਾ ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ ਇੱਕ ਦੋ ਜੀ ਹੌਲੀ ਜਿਹੀ ਹੱਸੇ ਇੰਜ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪਰਵਾਹ ਨਹੀਂ ਤੇ ਉਹ ਇਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ ਤੇ ਜਿਵੇਂ ਸੁਰ ਖਰੂ ਹੋਏ ਮਹਿਸੂਸ ਕਰ ਰਹੇ ਸਾਂ